ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜੀ ਮੌਸਮ ਵਿਭਾਗ ਨੇ ਪਾਰੀਮੀ ਤੇ ਗੜੇਵਾਰੀ ਦੀ ਚੇਤਾਵਨੀ ਕੀਤੀ ਹੈ ਮੌਸਮ ਦੇ ਅੰਦਰ ਜਨਵਰੀ ਮਹੀਨੇ ਦੇ ਵਿੱਚ ਪਈ ਕੜਾਕੇ ਦੀ ਠੰਡ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਦਿਨ ਵੇਲੇ ਲਗਾਤਾਰ ਪੈਰੀ ਧੁੱਪ ਦੇ ਕਾਰਨ ਪਾਰਾ ਲਗਾਤਾਰ ਉੱਪਰ ਚੜ ਰਿਹਾ ਹੈ ਮੰਗਲਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਆਮ ਦੇ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ ਆਮ ਦੇ ਨਾਲ 4 ਤੋਂ 5 ਡਿਗਰੀ ਸੈਲਸੀਅਸ ਵੱਧ ਰਿਹਾ ਇਸ حساب ਦਰਮਿਆਨ ਮੌਸਮ ਵਿਭਾਗ 9 ਅਤੇ 10 ਫਰਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ بارش ਦੀ پیشن گوئی ਕੀਤੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਦੇ ਚੱਲਣ ਨਾਲ ਮੌਸਮ 'ਚ ਥੋੜਾ ਬਦਲਾਅ ਦੇਖਿਆ ਜਾ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਚੰਡੀਗੜ੍ਹ ਪਟਿਆਲਾ ਦੇ ਵਿੱਚ ਦਿਨ ਭਰ 'ਚ ਸਭ ਤੋਂ ਗਰਮ ਰਹਿ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਆਮ ਦੇ ਨਾਲੋਂ 4 ਡਿਗਰੀ ਵੱਧ ਸੀ ਲੁਧਿਆਣਾ ਦੇ ਵਿੱਚ ਘਟੋ ਘਟ ਤਾਪਮਾਨ 11.3 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ 9 ਅਤੇ 10 ਫਰਵਰੀ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਫਿਰ ਤੋਂ ਬੂੰਦਾਬੰਦੀ ਦੇ ਅਸਰ ਨੇ ਅੱਧੇ ਤੋਂ ਜ਼ਿਆਦਾ ਸੂਬੇ ਦੇ ਜ਼ਿਲ੍ਹੇ ਡਰਾਈ ਰਹਿਣਗੇ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ 8 ਦੀ ਰਾਤ ਨੂੰ ਹੀ ਹਿਮਾਚਲ ਦੇ ਵਿੱਚ ਅਸਰ ਦਿਖਾਈ ਦੇਵੇਗਾ 9 ਅਤੇ 10 ਫਰਵਰੀ ਦੀ ਰਾਤ ਤੋਂ ਬਾਅਦ ਬਦਲਾ ਦੇਖਣ ਨੂੰ ਮਿਲੇਗਾ 11 ਫਰਵਰੀ ਲਈ yellow alert ਜਾਰੀ ਕਰ ਦਿੱਤਾ ਗਿਆ ਬਰਫਬਾਰੀ ਅਤੇ ਭਾਰੀ ਮੀਂਹ ਦੇ ਅਸਾਰ ਦਿਖਾਈ ਦੇ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਸਾਂਝਾ ਜਰੂਰ ਕਰੋ ਧੰਨਵਾਦ